ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ਵੀ ਵਿਵਾਦਾਂ 'ਚ ਘਿਰ ਚੁੱਕਾ ਹੈ ਇਸ ਗੀਤ ਵਿੱਚ ਸ਼ੇਰ ਸਿੰਘ ਰਾਣਾ ਦੇ ਜ਼ਿਕਰ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਕਈ ਜਗ੍ਹਾ 'ਤੇ ਰਣਜੀਤ ਬਾਵਾ ਅਤੇ ਇਸ ਗੀਤ ਦੇ ਲੇਖਕ ਲਵਲੀ ਨੂਰ ਖਿਲਾਫ਼ ਮਾਮਲਾ ਦਰਜ ਕਰਨ ਲਈ ਸ਼ਿਕਾਇਤਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ ਜਿਸ ਤੋਂ ਬਾਅਦ ਪਹਿਲਾਂ ਤਾਂ ਗਾਇਕ ਰਣਜੀਤ ਬਾਵਾ ਅਤੇ ਲਵਲੀ ਨੂਰ ਨੇ ਆਪਣਾ ਪੱਖ ਰੱਖ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਜਦ ਮਾਮਲਾ ਸੁਲਝਦਾ ਨਾ ਦਿਖਿਆ ਤਾਂ ਰਣਜੀਤ ਬਾਵਾ ਨੇ ਆਪਣੇ ਯੂਟਿਊਬ 'ਤੇ ਰਿਲੀਜ਼ ਹੋਏ ਗਾਣੇ ਵਿੱਚੋਂ ਸ਼ੇਰ ਸਿੰਘ ਰਾਣਾ ਵਾਲੇ ਬੋਲਾਂ ਨੂੰ ਹੀ ਹਟਾ ਦਿੱਤਾ ਹੈ ਹੁਣ ਇਸ ਗੀਤ ਨੂੰ ਲੈ ਕੇ ਮਸ਼ਹੂਰ ਗਾਇਕ ਅਵਤਾਰ ਦੀਪਕ ਵੀ ਸਾਹਮਣੇ ਆਇਆ ਜਿਸ ਨੇ ਆਪਣੇ ਹੀ ਅੰਦਾਜ਼ ਵਿੱਚ ਰਣਜੀਤ ਬਾਵਾ ਅਤੇ ਲਵਲੀ ਨੂਰ 'ਤੇ ਨਿਸ਼ਾਨਾ ਸਾਧਿਆ ਅਵਤਾਰ ਦੀਪਕ ਦਾ ਕਹਿਣਾ ਹੈ ਕਿ ਅਗਰ ਤੁਸੀਂ ਆਪਣੀ ਗੱਲ 'ਤੇ ਸਟੈਂਡ ਨਹੀਂ ਰਹਿ ਸਕਦੇ ਤਾਂ ਉਹ ਗੱਲ ਕਰਨ ਦੀ ਲੋੜ ਹੀ ਕੀ ਹੈ ਹੋਰ ਕੀ ਕਿਹਾ ਹੈ ਅਵਤਾਰ ਦੀਪਕ ਨੇ ਤੁਸੀਂ ਖੁਦ ਸੁਣ ਲਵੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਵਤਾਰ ਦੀਪਕ ਪਿਆਰੇ ਦੋਸਤੋ ਅੱਜ ਫਿਰ ਤੋਂ ਇੱਕ ਖਾਸ ਮੁੱਦੇ 'ਤੇ ਗੱਲ ਕਰਨ ਲਈ ਮੈਂ ਤੁਹਾਡੇ ਨਾਲ ਵੀਡੀਓ ਬਣਾ ਰਿਹਾ ਹੁਣੇ ਹੁਣੇ ਮੈਂ ਇੱਕ ਗਾਣਾ ਸੁਣਿਆ ਕਿੰਨੇ ਆਏ ਕਿੰਨੇ ਗਏ ਰਣਜੀਤ ਬਾਵਾ ਸਾਹਿਬ ਦਾ ਔਰ ਲਵਲੀ ਨੂਰ ਭਾਅ ਜੀ ਨੇ ਲਿਖਿਆ ਬਹੁਤ ਵਧੀਆ ਅਤੇ ਉਹ ਗਾਣੇ ਨੂੰ ਲੈ ਕੇ ਕੁਝ ਵਿਵਾਦ ਵੀ ਸ਼ੁਰੂ ਹੋ ਗਏ ਨੇ ਕਾਫੀ ਔਰ ਪਿਛਲੀ ਵਾਰੀ ਰਣਜੀਤ ਬਾਵਾ ਜੀ ਦਾ ਗਾਣਾ ਆਇਆ ਸੀ ਮੇਰਾ ਕੀ ਕਸੂਰ ਔਰ ਸਾਡਾ ਆਇਆ ਸੀ ਤੇਰਾ ਕੀ ਕਸੂਰ ਉਹਦੇ 'ਤੇ ਵੀ ਕਾਫੀ ਵਿਵਾਦ ਸ਼ੁਰੂ ਹੋ ਗਏ ਸੀ ਕੁਝ ਗੱਲਾਂ ਨੂੰ ਲੈ ਕੇ ਪਰ ਇਸ ਗਾਣੇ ਦੇ ਵਿੱਚ ਮੈਂ ਵੀ ਸਾਰਾ ਸੁਣਿਆ ਪਹਿਲਾਂ ਦੋ ਦਿਨ ਮੈਂ ਸੁਣਿਆ ਸੀ ਗਾਣਾ ਅੱਜ ਤੋਂ ਦੋ ਦਿਨ ਪਹਿਲਾਂ ਬਹੁਤ ਵਧੀਆ ਲੱਗਾ ਗਾਣਾ ਪਰਫੈਕਟ ਹਰ ਚੀਜ਼ ਮਿਊਜ਼ਿਕ ਵੋਕਲ ਲਿਰਿਕਸ ਖਾਸ ਕਰਕੇ ਬਹੁਤ ਵਧੀਆ ਲਵਲੀ ਨੂਰ ਵੀਰ ਦੇ ਔਰ ਅੱਜ ਜਦੋਂ ਮੈਂ ਸੁਣਿਆ ਤਾਂ ਯੂਟਿਊਬ 'ਤੇ #1 ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਗਾਣਾ ਪਰ ਉਹਦੇ ਵਿੱਚ ਇੱਕ ਛੋਟੀ ਜਿਹੀ ਉਹ ਕੱਟ ਕਰ ਦਿੱਤਾ ਗਿਆ ਜਿੱਥੇ ਕਿ ਸ਼ੇਰ ਸਿੰਘ ਰਾਣੇ ਦਾ ਜ਼ਿਕਰ ਕੀਤਾ ਗਿਆ ਦੋਸਤੋ ਇਹ ਸਾਰੇ ਜਾਣਦੇ ਨੇ ਕਿ ਸ਼ੇਰ ਸਿੰਘ ਰਾਣੇ ਦੀ ਸਟੋਰੀ ਕੀ ਸੀ ਬਾਕੀ ਕੁਝ ਵੀਰਾਂ ਨੂੰ ਉਹ ਚੀਜ਼ ਨਹੀਂ ਚੰਗੀ ਲੱਗੀ ਪਰ ਕਹਿੰਦੇ ਨੇ ਕਿ ਪੰਜਾਬੀ ਹਮੇਸ਼ਾ ਆਪਣੇ ਬੋਲ 'ਤੇ ਰਹਿੰਦੇ ਨੇ ਜਿਹੜੀ ਗੱਲ ਇੱਕ ਵਾਰੀ ਕਹਿ ਦੇਣ ਉਹ ਦੁਬਾਰਾ ਚੇਂਜ ਨਹੀਂ ਕਰਦੇ ਪਰ ਸਾਡੇ ਬਾਵੇ ਵੀਰ ਦਾ ਇਹ ਹਿਸਾਬ ਆ ਕਿ ਜਦੋਂ ਮੇਰਾ ਕੀ ਕਸੂਰ ਦੀ ਗੱਲ ਆਈ ਸੀ ਉਦੋਂ ਵੀ ਮਾਫ਼ੀ ਹੁਣ ਜਦੋਂ ਸ਼ੇਰ ਸਿੰਘ ਰਾਣੇ ਦੀ ਗੱਲ ਆਈ ਹੈ ਜਦੋਂ ਕੋਈ ਗਲਤੀ ਹੈ ਨਹੀਂ ਉਹਦੇ ਵਿੱਚ ਕੋਈ ਬੋਲ ਗਲਤ ਹੈਗਾ ਹੀ ਨਹੀਂ ਆ ਕਿਉਂਕਿ ਸਾਰੇ ਅਸੀਂ ਜਾਣਦੇ ਕਿ ਪ੍ਰਿਥਵੀ ਰਾਜ ਚੌਹਾਨ ਦੀਆਂ ਅਸਥੀਆਂ ਲੈ ਕੇ ਆਉਣ ਵਾਲਾ ਉਹ ਸ਼ੇਰ ਸੀਗਾ ਸ਼ੇਰ ਸਿੰਘ ਰਾਣਾ ਬਾਕੀ ਕੁਝ ਵੀਰਾਂ ਨੂੰ ਉਹ ਨਹੀਂ ਚੰਗਾ ਲੱਗਾ ਅਤੇ ਉਹ ਵੱਖਰੀ ਗੱਲ ਹੈ ਪਰ ਤੁਸੀਂ ਉਹਨੂੰ ਪ੍ਰੋਪਰ ਉਹਦਾ ਜਵਾਬ ਕਿਉਂ ਨਹੀਂ ਦੇ ਰਹੇ ਲਵਲੀ ਨੂਰ ਵੀਰ ਦੀ ਵੀਡੀਓ ਵੇਖੀ ਉਹਨਾਂ ਕੁਛ ਨਾ ਕੁਛ ਸਪਸ਼ਟੀਕਰਨ ਦਿੱਤਾ ਪਰ ਬਾਵੇ ਭਾਅ ਜੀ ਨੇ ਜਿਹੜਾ ਸਪਸ਼ਟੀਕਰਨ ਦਿੱਤਾ ਉਹ ਤੋਂ ਕੁਝ ਸਕੂਨ ਨਹੀਂ ਕਿਸੇ ਨੂੰ ਵੀ ਮਿਲਿਆ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਵਾਰ ਵਾਰ ਅਸੀਂ ਗਾਣੇ ਨੂੰ ਜਾਂ ਡਿਲੀਟ ਕਰਵਾ ਦਿੰਦੇ ਹਾਂ ਅਤੇ ਜਾਂ ਫਿਰ ਉਹਨੂੰ ਕੱਟ ਕਰਵਾ ਦਿੰਦੇ ਹਾਂ ਇਹ ਕਿਹੋ ਜਿਹੀ ਗੱਲ ਹੋਈ ਮੈਂ ਕਹਿਣਾ ਚਾਹੁੰਦਾ ਹਾਂ ਕਿ ਯਾਰ ਇੱਕ ਆਪਣੀ ਗੱਲ 'ਤੇ ਰਹੋ ਕਮ ਸੇ ਕਮ ਪੰਜਾਬੀਆਂ ਵਾਲੀ ਗੱਲ ਕੋਈ ਤਾਂ ਆਪਣੇ ਰੱਖੋ ਵੀ ਇੱਕ ਵਾਰੀ ਜਿਹੜੀ ਸੱਚਾਈ ਤੁਸੀਂ ਕਹਿ ਰਹੇ ਹੋ ਉਹ ਤੋਂ ਮੁੜ ਕੇ ਮੁੱਕਰ ਰਹੇ ਹੋ ਮੁੱਕਰੋ ਨਾ ਉਸ ਚੀਜ਼ ਤੋਂ ਉਹਨੂੰ ਡਿਲੀਟ ਵੀ ਕਰਵਾਇਆ ਗਿਆ ਅੱਜ ਮੈਂ ਵੇਖ ਰਿਹਾ ਕਿ ਉੱਥੇ ਬੀਪ ਵੱਜੀ ਹੋਈ ਆ ਅਤੇ ਸ਼ੇਰ ਸਿੰਘ ਰਾਣੇ ਵਾਲਾ ਟੱਪਾ ਜਿਹੜਾ ਉਹ ਪੂਰਾ ਹੀ ਡਿਲੀਟ ਆ ਮੈਂ ਇਹੀ ਕਹਿਣਾ ਚਾਹੁੰਦਾ ਵੀ ਬਸ ਆਪਣੀ ਗੱਲ 'ਤੇ ਰਹੋ ਔਰ ਜਿਹੜੀ ਗੱਲ ਕਹਿਤੀ ਉਹ ਤੋਂ ਮੁੱਕਰਿਆ ਨਾ ਕਰੋ ਜਾਂ ਤਾਂ ਸੱਚ ਬੋਲੋ ਨਾ ਜਾਂ ਫਿਰ ਜਿਗਰਾ ਰੱਖੋ ਸੱਚ ਬੋਲਣ ਦਾ ਸੋ ਮੇਰੀ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਕੁਝ ਕੁ ਵੀਰਾਂ ਨੂੰ ਮੇਰੀ ਇਹ ਵੀ ਗੱਲ ਚੰਗੀ ਨਹੀਂ ਲੱਗੀ ਹੋਣੀ ਪਰ ਮੈਂ ਉਮੀਦ ਕਰਦਾ ਕਿ ਮੇਰੀ ਗੱਲ ਨਾਲ ਕਿਤੇ ਨਾ ਕਿਤੇ ਤੁਸੀਂ ਸਹਿਮਤ ਹੋਵੋਗੇ ਵੀ ਜਾਂ ਤਾਂ ਆਪਾਂ ਸੱਚ ਨਾ ਬੋਲੀਏ ਜਾਂ ਫਿਰ ਉੱਥੇ ਖੜੇ ਰਹੀਏ ਆਪਣੇ ਸੱਚ 'ਤੇ ਥੈਂਕ ਯੂ ਸੋ ਮੱਚ ਸਾਡਾ ਮਕਸਦ ਸਿਰਫ ਤੁਹਾਡੇ ਤੱਕ ਆਵਾਜ਼ ਪਹੁੰਚਾਉਣਾ ਹੈ ਨਾ ਕਿ ਕਿਸੇ 'ਤੇ ਸਵਾਲ ਚੁੱਕਣਾ ਕੌਣ ਸਹੀ ਹੈ ਅਤੇ ਕੌਣ ਗਲਤ ਇਸ ਗੱਲ ਦਾ ਫੈਸਲਾ ਤੁਸੀਂ ਆਪ ਕਰਨਾ ਹੈ ਜਾਂਦੇ ਜਾਂਦੇ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਇਸ ਵੀਡੀਓ 'ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਹੈ ਕੌਣ ਸਹੀ ਹੈ ਅਤੇ ਕੌਣ ਗਲਤ ਹੈ ਲਾਈਕ ਅਤੇ ਸ਼ੇਅਰ ਤੁਸੀਂ ਕਰ ਹੀ ਦੇਵੋਗੇ ਕਿਉਂਕਿ ਤੁਸੀਂ ਹਮੇਸ਼ਾ ਹੀ ਸਾਡੀ ਸਪੋਰਟ ਕਰਦੇ ਹੋ ਧੰਨਵਾਦ